ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਅਗਲੇ ਇਸ਼ੂ ਦੇ ਨਾਲ ਜੀ ਡਾਕਟਰ ਸਾਹਿਬ ਕੀ ਵਿਚਾਰ ਨੇ ਤੁਹਾਡੀਆਂ ਦੇਖੋ ਸਾਡਾ ਦੁਸ਼ਮਣ ਮੱਕਾਰ ਵੀ ਹੈ ਪਰ ਗਧਾ ਨਹੀਂ ਹੈ ਉਹਨਾਂ ਨੇ ਇਹ ਨਹੀਂ ਹੈ ਕਿ ਸਿਰਫ ਸਰਕਾਰੀ ਪੱਧਰ 'ਤੇ ਜਾਂ ਆਪਣੇ ਬੱਚੇ ਜਮੂਰੇ ਜਿਹੜੇ ਨੇ ਉਹੀ ਛੱਡੇ ਨੇ ਫੀਲਡ ਦੇ ਵਿੱਚ ਜਿਨ੍ਹਾਂ ਦੇ ਜ਼ਿਪਸ ਖੋਲ੍ਹ ਦਿੱਤੀਆਂ ਬੈਗਸ ਦੀਆਂ ਅਤੇ ਸਭ ਜਿਹੜੇ ਨੇ ਉਹ ਇੱਧਰ ਉੱਧਰ ਜਿਹੜੇ ਨੇ ਉਹ ਚਾਰ ਲੱਤਾਂ ਦੇ ਨਾਲ ਭੁੜਕ ਰਹੇ ਨੇ। ਈਵਨ ਮੈਨੂੰ ਹੈਰਾਨੀ ਵੀ ਹੋਈ, ਹਾਲਾਂਕਿ ਇਹ ਸਾਡੇ ਬਜ਼ੁਰਗ ਨੇ, ਇਹਨਾਂ ਨੂੰ ਅਕਸਰ ਅਸੀਂ ਜਦੋਂ ਪਾਣੀ ਦਾ ਇਸ਼ੂ ਹੁੰਦਾ ਉਸ ਦੇ ਉੱਤੇ ਇਹਨਾਂ ਦੀਆਂ ਦਲੀਲਾਂ ਨੂੰ ਅਸੀਂ ਵੀ ਕੋਟ ਕਰਦੇ ਹਾਂ। ਔਰ ਮੇਰਾ ਖਿਆਲ ਹੈ ਵੀ ਸ਼ਾਇਦ 80 ਸਾਲ ਤੋਂ ਜ਼ਿਆਦਾ ਉਮਰ ਹੋਣੀ ਹੈ ਪ੍ਰੀਤਮ ਸਿੰਘ ਕੁੰਮੇਦਾਨ, ਔਰ ਇਹ ਜਦੋਂ ਬੀਤੇ ਸਮੇਂ 'ਚ ਬਾਦਲ ਦੀ ਮਿਨਿਸਟਰੀ ਸੀ ਉਦੋਂ ਵੀ ਇਹ ਪ੍ਰੈਸ ਕਾਨਫਰੰਸ ਕਰਕੇ ਅਤੇ ਆਪਣਾ ਜਿਹੜਾ ਕੇਸ ਹੈ ਉਹ ਦਿੰਦੇ ਸੀ ਕਿ ਭਾਈ ਅਸੀਂ ਕਿੰਨਾ ਜਿਹੜਾ ਹੈ ਉਹ ਪਾਣੀ 'ਤੇ ਸਾਡਾ ਹੱਕ ਕਿੰਨੀ ਰੋਇਲਟੀ ਬਣਦੀ ਹੈ। ਅਤੇ ਜੇ ਮੈਂ ਗਲਤ ਨਾ ਹੋਵਾਂ ਤਾਂ ਹੁਣ ਡਾਕਟਰ ਧਰਮਵੀਰ ਗਾਂਧੀ ਔਰ ਬਾਕੀ ਸਾਰੇ ਪੰਜਾਬ ਮੰਚ ਦੇ ਥੱਲੇ ਜਿਹੜਾ ਕੇਸ ਪੰਜਾਬ ਹਰਿਆਣਾ ਹਾਈ ਕੋਰਟ 'ਚ ਦਾਇਰ ਹੋਇਆ ਰੋਇਲਟੀ ਪੰਜਾਬ ਦੇ ਪਾਣੀਆਂ ਦੇ ਉੱਤੇ, ਔਰ ਇਸ 80,000 ਕਰੋੜ ਰੁਪਈਆ ਜਿਹੜਾ ਮੰਗਿਆ ਕਿ ਵੀ ਜਿਹੜਾ ਸਿੰਸ 50s ਪੰਜਾਬ ਦੇ ਪਾਣੀਆਂ ਦਾ ਬਣਦਾ ਹੈ ਰਾਜਸਥਾਨ ਔਰ ਹਰਿਆਣੇ ਵਾਲੋ ਸਾਨੂੰ ਦਿੱਤਾ ਜਾਏ, ਉਸ 'ਚ ਵੀ ਜਿਹੜੀਆਂ ਬਹੁਤ ਸਾਰੀ ਫਿਗਰ ਜਾਂ ਕੈਲਕੂਲੇਸ਼ਨ ਨੇ ਉਹ ਸਰਦਾਰ ਪ੍ਰੀਤਮ ਸਿੰਘ ਕੁੰਮੇਦਾਨ ਦੀਆਂ ਨੇ। ਸੋ ਮੈਂ ਸਮਝਦਾ ਵੀ ਕਈ ਵਾਰ ਇਹ ਹੁੰਦਾ ਕਿ ਇਹ ਪਤਾ ਨਹੀਂ ਉਹਨਾਂ ਦਾ ਆਪਣਾ ਇਨੀਸ਼ੀਏਟਿਵ ਹੈ ਜਾਂ ਉਹਨਾਂ ਨੂੰ ਕਈ ਵਾਰ ਜਿਹੜੇ ਬਜ਼ੁਰਗ ਆਦਮੀ ਨੇ ਉਹਨਾਂ ਦੇ ਕੋਲ ਕੋਈ ਜਾ ਕੇ ਕਿਸੇ ਹੋਰ ਪਾਸੇ ਉਹਨਾਂ ਦੀ ਐਕਸਪਰਟੀਜ਼ ਜਿਹੜੀ ਹੈ ਸਰ ਕੁੰਮੇਦਾਨ ਦੀ, ਮੈਂ ਸਮਝਦਾ ਵੀ ਪਾਣੀਆਂ ਦੇ ਮੁੱਦੇ 'ਤੇ ਹੈ, ਉਹਨਾਂ ਦੀ ਇੱਕ ਰਿਸਪੈਕਟੇਬਲ ਥਾਂ ਹੈ, ਉਹਨਾਂ ਨੂੰ ਕੋਟ ਕੀਤਾ ਜਾਂਦਾ ਹੈ ਔਰ ਉਹਨਾਂ ਨੇ ਇਸ ਕੇਸ ਨੂੰ ਚੰਗੇ ਢੰਗ ਨਾਲ ਹਮੇਸ਼ਾ ਉਹਨਾਂ ਨੇ ਸਕਸੈਸਿਵ ਗੌਰਮੈਂਟਸ ਨੂੰ ਕਿਹਾ ਪੰਜਾਬ ਦੀਆਂ ਕਿ ਜੀ ਪਾਣੀਆਂ ਦੇ ਮੁੱਦੇ 'ਤੇ ਪੰਜਾਬ ਦੇ ਪਾਣੀਆਂ 'ਤੇ ਸਾਡਾ ਹੱਕ ਹੈ ਔਰ ਅਸੀਂ ਰੋਇਲਟੀ ਲਈਏ। ਹੁਣ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਮੈਂ ਉਹਨਾਂ ਦੀ ਅੱਜ ਜਿਹੜੀ ਸ਼ਾਇਦ ਪ੍ਰੈਸ ਕਾਨਫਰੰਸ ਹੈ ਜਾਂ ਉਹਨਾਂ ਦੀ ਵੈਸੇ ਡਿਟੇਲਡ ਸਟੇਟਮੈਂਟ ਹੈ ਜਿਸ ਦਾ ਹੈਡਿੰਗ ਹੈ ਰੈਫਰੈਂਡਮ 2020 ਪ੍ਰੋਮੀਨੈਂਟ ਥਿੰਕਰ ਕੁੰਮੇਦਾਨ ਰੇਜ਼ਿਸ ਕੁਐਸਚਨਸ ਓਵਰ ਫਿਜ਼ੀਬਿਲਟੀ ਆਫ ਦਾ ਸਟੇਟ ਆਫ ਖਾਲਿਸਤਾਨ। ਹੁਣ ਥਿੰਕਰ ਇਹ ਜਿਹੜਾ ਵੀ ਦੇਣ ਵਾਲਾ ਇਹਨੂੰ ਪ੍ਰੋਜੈਕਟ ਕਰ ਰਿਹਾ ਇਸ ਥਿਊਰੀ ਨੂੰ, ਉਹ ਥਿੰਕਰ ਬਣਾ ਦਿੱਤਾ ਉਹਨਾਂ ਨੇ। ਥਿੰਕਰ ਇੱਕ ਵੱਖਰੀ ਚੀਜ਼ ਹੈ, ਐਕਟਿਵਿਸਟ ਇੱਕ ਵੱਖਰੀ ਚੀਜ਼ ਹੈ, ਰੈਵੋਲਿਊਸ਼ਨਰੀ ਇੱਕ ਵੱਖਰੀ ਚੀਜ਼ ਹੈ। ਉਹਨਾਂ ਦਾ ਜਿੱਥੋਂ ਤੱਕ ਮੈਨੂੰ ਪਤਾ ਹੈ ਕੁੰਮੇਦਾਨ ਸਾਹਿਬ ਦਾ ਜਿਹੜਾ ਐਕਸਪਰਟੀਜ਼ ਹੈ ਉਹ ਪਾਣੀਆਂ ਦੇ ਮੁੱਦੇ ਦੇ ਉੱਤੇ ਜਿਹੜਾ ਉਹਨਾਂ ਦੀ ਜਿਹੜੀ ਸਾਰੀ ਕੈਲਕੂਲੇਸ਼ਨ ਔਰ ਹੱਕ ਦੀ ਗੱਲ ਹੈ ਹੁਣ ਉਹਦੇ 'ਚ। ਔਰ ਇਹ ਵੀ ਜਦੋਂ ਤੁਸੀਂ ਦੇਖਦੇ ਹੋ ਕਿ ਵੀ ਭਾਵੇਂ ਉਹਨਾਂ ਦੇ ਨਾਲ ਇਹ ਕੋਈ, ਮੈਂ ਇਹ ਨਹੀਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਏਜੰਸੀਆਂ ਨੇ ਇਹ ਕਰਵਾ ਦਿੱਤਾ, ਪਰ ਬਹੁਤ ਵਾਰ ਜਦੋਂ ਚੰਗੇ ਪੱਲੇ ਲੋਕਾਂ ਦੀ ਵੀ ਕੋਈ ਗੱਲ ਜਿਸ ਕੰਟੈਕਸਟ ਦੇ ਵਿੱਚ ਚੱਲ ਰਹੀ ਹੁੰਦੀ ਹੈ ਜਦੋਂ ਉਹ ਇਸ਼ੂ ਸਾਹਮਣੇ ਆਉਂਦਾ ਤਾਂ ਫਿਰ ਉਸ ਨੈਰੇਟਿਵ ਨੂੰ ਹੀ ਉਹ ਸਪੋਰਟ ਕਰ ਰਹੀ ਹੁੰਦੀ ਹੈ ਜਿਹੜਾ ਕਿ ਨੈਗੇਸ਼ਨ ਵੱਲ ਜਾ ਰਿਹਾ ਹੁੰਦਾ। ਹੁਣ ਇੱਕ ਪਾਸੇ ਤਾਂ ਭਗਵੰਤ ਮਾਨ ਵਰਗਾ ਨਚਾਰ ਜਿਹੜਾ ਹੈ ਔਰ ਉਹ ਕਹਿ ਰਿਹਾ ਕਿ ਵਿਦਾਊਟ ਬੇਸਿਸ, ਖਾਲਿਸਤਾਨ ਦਾ ਕੋਈ ਬੇਸ ਨਹੀਂ, ਨੋ ਨੀਡ ਨੋ ਸਪੋਰਟ, ਤਿੰਨੋਂ ਹੀ ਇਹ ਗੱਲ ਧਿਆਨ 'ਚ ਰੱਖਣ ਵਾਲੀ ਹੈ, ਨੋ ਬੇਸਿਸ ਨੋ ਨੀਡ ਨੋ ਸਪੋਰਟ। ਹੁਣ ਉਹਨਾਂ ਨੂੰ ਲੱਗਿਆ ਕਿ ਵੀ ਇਹ ਗੱਲ ਚੈਲੇਂਜ ਹੋਏਗੀ ਅਤੇ ਕਿਸੇ ਐਸੇ ਪਾਸਿਓਂ ਕਿਸੇ ਨੂੰ ਇੰਟੈਲੈਕਚੁਅਲ ਔਰ ਥਿੰਕਰ ਦੇ ਨਾਂ ਥੱਲੇ ਇਹ ਕਹੋ ਕਿ ਜੀ ਖਾਲਿਸਤਾਨ ਚਲੋ ਮੰਨ ਲਓ ਬਣ ਵੀ ਜਾਂਦਾ। ਹੁਣ ਇਹ ਹੈ ਕਿ ਤੁਸੀਂ ਸੈਲਫ ਐਨਾਲਿਸਿਸ ਨਹੀਂ ਹੈ, ਸੈਲਫ ਕੰਡੈਮਨੇਸ਼ਨ ਔਰ ਐਸਾ ਖੌਫ ਪੈਦਾ ਕਰਨਾ ਹੈ ਕਿ ਵੀ ਤੁਹਾਡੇ ਤਾਂ ਪੱਲੇ ਹੀ ਕੁਛ ਨਹੀਂ ਹੈ। ਔਰ ਇਹ ਗੱਲ ਹੁਣ ਨਹੀਂ ਹੈ, ਮੈਨੂੰ ਯਾਦ ਹੈ ਖੁਸ਼ਵੰਤ ਸਿੰਘ ਹੁਣ ਤਾਂ ਮਰ ਗਿਆ ਪ੍ਰੋਮੀਨੈਂਟ ਜਰਨਲਿਸਟ, ਇੱਕ ਵਾਰ ਉਹਨੇ ਇੱਕ ਆਰਟੀਕਲ ਲਿਖਿਆ, ਉਹਨੇ ਕਿਹਾ ਜੀ ਉਹਨੇ ਹਾਂ ਉਹਦੀ ਲਿਖਤ ਉਹ 'ਚ ਉਹਨੇ ਕਿਹਾ ਜੀ ਮੈਂ ਗੰਗਾ ਸਿੰਘ ਢਿੱਲੋਂ, ਜਗਜੀਤ ਸਿੰਘ ਚੌਹਾਨ, ਗੁਰਮੀਤ ਸਿੰਘ ਔਲਖ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਔਰ ਮੇਰੇ ਨਾਲ ਗੱਲ ਕਰ ਲੈਣ ਕਿ ਵੀ ਔਰ ਖਾਲਿਸਤਾਨੀ ਕੋਈ ਵੀ ਕਿ ਬਾਉਂਡਰੀਜ਼ ਕੀ ਹੋਣਗੀਆਂ ਔਰ ਖਾਲਿਸਤਾਨ ਦੀ ਵਾਇਬਿਲਟੀ ਕੀ ਹੋਏਗੀ। ਉਹਨਾਂ 'ਚੋਂ ਤਾਂ ਮੈਨੂੰ ਨਹੀਂ ਪਤਾ ਵੀ ਕਿਸੇ ਨੇ ਕੋਈ ਰਿਐਕਟ ਕੀਤਾ ਕਿ ਨਹੀਂ। ਅਸੀਂ ਵਾਸ਼ਿੰਗਟਨ DC ਬੇਸਡ ਹੁੰਦੇ ਹਾਂ, ਅਸੀਂ ਓਪਨ ਲੈਟਰ ਵਾਸ਼ਿੰਗਟਨ ਟਾਈਮਸ ਦੇ ਵਿੱਚ ਔਰ ਜਿਹਦੇ 'ਚ ਉਹਨਾਂ ਨੇ ਅਸੀਂ ਕਿਹਾ ਕਿ ਭਾਈ ਆ ਨੈਸ਼ਨਲ ਪ੍ਰੈਸ ਕਲੱਬ ਆ ਜਾਓ, ਤੁਹਾਡੇ ਆਉਣ ਜਾਣ ਦਾ ਫਸਟ ਕਲਾਸ ਖਰਚਾ, ਫਸਟ ਕਲਾਸ ਵਧੀਆ ਵਿਸਕੀ
ਜਿਹੜੀ ਪਿੱਤੇ ਬਿਨਾਂ ਤੁਹਾਨੂੰ ਨੀਂਦ ਨਹੀਂ ਆਉਂਦੀ ਉਹ ਵੀ ਪ੍ਰਬੰਧ ਕਰਾਂਗੇ। ਪੰਜ ਜਿਹੜੇ ਨੇ ਜੱਜ ਜਿਨ੍ਹਾਂ ਦੇ ਵਿੱਚ ਦੋ ਤੇਰੀ ਚੋਇਸ ਦੇ, ਉਹਦੇ 'ਚ ਅਸੀਂ ਦੋ ਤਿੰਨ ਸੁਜੈਸਟ ਵੀ ਕੀਤੇ, ਦੋ ਸਾਡੀ ਇੱਕ ਜਿਹੜਾ ਉਹ ਕੋਈ ਵੀ ਕਾਮਨ, ਉਹਨਾਂ ਦੇ ਸਾਹਮਣੇ ਆ ਜਾਓ ਡਿਬੇਟ ਕਰ ਲੈਂਦੇ ਜੇ ਡਿਬੇਟ ਦੇ ਵਿੱਚ, ਕਿਉਂਕਿ ਅਦਰਵਾਈਜ਼ ਤੁਸੀਂ ਆਪਣਾ ਨੈਰੇਟਿਵ ਕਹੀ ਜਾਣਾ, ਅਸੀਂ ਆਪਣਾ ਕਹਿਣਾ। ਅਲਟੀਮੇਟਲੀ ਕੋਈ ਤਾਂ ਹੋਏਗਾ ਜਿਹੜਾ ਡਿਸਾਈਡ ਕਰੇਗਾ ਕਿ ਬਈ ਇਹ ਵੈਦਰ ਕੀ ਹੈ। ਔਰ ਅਸੀਂ ਥਰਾਈਸ ਜਿਹੜੀ ਹੈ ਤਿੰਨ ਵਾਰ ਉਹ ਅਪੀਲ ਰਿਸਪੋਂਡ ਕਿਹਨੇ ਕਰਨਾ ਸੀ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਸਮੇਂ ਸਮੇਂ ਇਹ ਗੱਲ ਉਹ ਵੀ ਰਹੇ ਨੇ ਜਿਹੜੇ ਭਾਵੇਂ ਲੰਬੀ ਡਿਬੇਟ 'ਚ ਨਹੀਂ ਆਉਂਦੇ, ਉਹ ਕਹਿਣਗੇ ਸਮੁੰਦਰ ਹੀ ਨਹੀਂ ਲੱਗਦਾ। ਜਦੋਂ ਉਹਨਾਂ ਨੂੰ ਤੁਸੀਂ ਕੋਈ ਹੋਰ ਗੱਲ ਕਹਿੰਦੇ ਹੋ ਫਿਰ ਉੱਥੇ ਚੁੱਪ ਹੋ ਜਾਂਦੇ ਨੇ। ਹੁਣ ਇਹ ਸਰ ਕੁਮੇਦਾਨ ਸਾਹਿਬ ਜਿਹੜੇ ਕਿ ਸੱਚਮੁੱਚ, ਔਰ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਇੱਕ ਜਿਹਨਾਂ ਦਾ ਆਪਣੇ ਖਿੱਤੇ 'ਚੋਂ ਨਿਕਲ ਕੇ ਜਿਹੜਾ ਉਹਨਾਂ ਦਾ ਫੀਲਡ ਸੀ ਵਾਟਰ ਸਪੈਸ਼ਲਿਸਟ ਦਾ, ਉਹ ਉਸ ਫੀਲਡ 'ਚ ਆ ਵੜੇ ਨੇ ਜਿਹੜਾ ਉਹਨਾਂ ਦਾ ਫੀਲਡ ਨਹੀਂ। ਔਰ ਜੋ ਗੱਲਾਂ ਜਾਂ ਦਲੀਲਾਂ ਉਹ ਕਹਿ ਰਹੇ ਨੇ ਉਹਦੇ ਥੱਲੇ ਜਿਹੜਾ ਉਹਨਾਂ ਦਾ ਆਪਣਾ ਕੇਸ ਵੀ ਉਹਨਾਂ ਨੇ ਬਿਲਟ ਕੀਤਾ। ਹੁਣ ਮੈਂ ਕਿਉਂਕਿ ਲੰਬਾ ਚੌੜਾ ਉਹਨਾਂ ਨੇ ਹਰ ਕਿ ਜੀ ਖਾਲਿਸਤਾਨ, ਔਰ ਉਹਦੇ ਜਿਹੜੀ ਚੰਗੀ ਗੱਲ ਹੈ ਮੈਂ ਸਮਝਦਾ ਵੀ ਜੇ ਇਹਨਾਂ ਦੇ ਵਸ 'ਚ ਹੋਏ ਔਰ ਇਹ ਬਣਾ ਦੇਣ ਤਾਂ ਫਿਰ ਕਿਆ ਕਹਿਣੇ। ਉਹਦੇ 'ਚ ਇਹ ਕਹਿੰਦੇ ਨੇ ਕਿ ਐਜ਼ ਪਰ ਉਹਨਾਂ ਨੇ ਕਿਹਾ ਜੀ ਕਿ ਨਿਊਜ਼ ਪੇਪਰ 'ਚ ਆਇਆ ਕਿ US ਬੇਸਡ ਸਿਕਸ ਫਾਰ ਜਸਟਿਸ ਜਿਹੜੀ ਹੈ ਰੈਫਰੈਂਡਮ 2020 ਦਾ ਡੈਕਲਰੇਸ਼ਨ ਕਰ ਰਹੀ ਹੈ 12 ਅਗਸਤ ਨੂੰ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਔਰਗਨਾਈਜੇਸ਼ਨ ਹੈ ਔਰ ਉਹਦੇ ਜਿਹੜੇ ਖਾਲਿਸਤਾਨ ਦੇ ਪ੍ਰੋਟੈਗੋਨਿਸਟ ਨੇ, ਸੋ ਅਸੀਂ ਖਾਲਿਸਤਾਨ ਦੇ ਪ੍ਰੋਟੈਗੋਨਿਸਟ ਹੋਣ ਦੇ ਨਾਤੇ ਅਸੀਂ ਇਹਨੂੰ ਰਿਸਪੋਂਡ ਕਰ ਰਹੇ ਹਾਂ। ਔਰਗਨਾਈਜੇਸ਼ਨ ਵੱਲੋਂ ਤਾਂ ਉਹ ਜਿਵੇਂ ਕਰਨਗੇ ਉਹਨਾਂ ਦਾ ਆਪਣਾ ਢੰਗ ਤਰੀਕਾ ਹੋਏਗਾ ਕਿ ਉਹ ਇਹ ਕਹਿੰਦੇ ਨੇ ਟੂ ਟੈਲ ਸਿੱਖਸ ਆਲ ਓਵਰ ਦਾ ਵਰਲਡ ਐਂਡ ਆਲਸੋ ਅਦਰਸ ਬਿਫੋਰ ਹੈਡ ਐਂਡ ਜਸਟ ਨਾਓ ਅਬਾਊਟ ਦਾ ਡਿਫੀਕਲਟੀਜ਼ ਐਂਡ ਹਾਰਡਸ਼ਿਪਸ ਖਾਲਿਸਤਾਨ ਐਂਡ ਇਟਸ ਪੀਪਲ ਆਰ ਲਾਈਕਲੀ ਟੂ ਫੇਸ ਐਂਡ ਅੰਡਰਗੋ ਆਫਟਰ ਗੈਟਿੰਗ ਏ ਸੋਵਰਨ ਸਟੇਟ ਆਫ ਖਾਲਿਸਤਾਨ ਐਂਡ ਹਾਊ ਦੋਜ਼ ਡਿਫੀਕਲਟੀਜ਼ ਐਂਡ ਪ੍ਰੋਬਲਮਸ ਦੀਸ ਖਾਲਿਸਤਾਨੀਜ਼ ਵਿਲ ਸੋਲਵ। ਇਹਨਾਂ ਨੇ ਤਾਂ ਸਿੱਧਾ ਹੀ ਕਹਿ ਦਿੱਤਾ ਨਾ ਵੀ ਜਿਵੇਂ ਇਹਨਾਂ ਦੇ ਹੱਥ 'ਚ ਆ ਬਣਾਉਣਾ, ਉਹਨਾਂ ਨੇ ਕਿਹਾ ਜੀ ਬਣ ਗਿਆ। ਹੁਣ ਤੁਸੀਂ ਇਹ ਦੱਸੋ ਪਹਿਲਾਂ ਲੋਕਾਂ ਨੂੰ ਕਿ ਵੀ ਜਿਹੜੀਆਂ ਡਿਫੀਕਲਟੀਜ਼ ਫੇਸ ਹੋਣਗੀਆਂ ਖਾਲਿਸਤਾਨ ਬਣਨ ਤੋਂ ਬਾਅਦ, ਉਹਨਾਂ ਦੇ ਤੁਸੀਂ ਪਹਿਲਾਂ ਹੱਲ ਦੱਸ ਦਿਓ। ਤੁਸੀਂ ਖਾਲਿਸਤਾਨ ਬਣਾ ਕੇ ਦੇ ਦਿਓ ਸਾਨੂੰ, ਤੁਹਾਨੂੰ ਅਸੀਂ ਹੱਲ ਨਹੀਂ, ਉਹ ਹੱਲ ਦਾ ਵੀ ਪੜ ਹੱਲ ਦੱਸ ਦਿਆਂਗੇ, ਪਰ ਤੁਸੀਂ ਪਹਿਲਾਂ ਦੇਖੋ। ਹੁਣ ਜਿਵੇਂ ਸੰਤ ਭਿੰਡਰਾਂ ਵਾਲਿਆਂ ਕੋਲ ਇੱਕ ਪੱਤਰਕਾਰ ਆ ਕੇ ਕਹਿਣ ਲੱਗਾ ਕਿ ਜੀ ਕੀ ਜੇ ਖਾਲਿਸਤਾਨ ਬਣ ਜਾਏ ਤਾਂ ਫਿਰ, ਉਹ ਕਹਿੰਦੇ ਵੀ ਤੂੰ ਸਰਕਾਰ ਵੱਲੋਂ ਆਇਆ ਨਹੀਂ ਪ੍ਰਾਈਵੇਟ, ਕਹਿੰਦੇ ਜੇ ਤੂੰ ਬਣਾ ਸਕਦਾ ਨਹੀਂ, ਕਹਿੰਦਾ ਫਿਰ ਤੈਨੂੰ ਦੱਸ ਦੱਸਣ ਦਾ ਫਾਇਦਾ ਕੀ ਵੀ ਜਿਹੜੇ ਘਰ ਜਿਹੜੇ ਬਣਾਉਣ ਵਾਲੇ ਨੇ ਉਹ ਪੁੱਛਣ ਫਿਰ ਤਾਂ ਹੈ। ਸੋ ਹੁਣ ਕੁਮੇਦਾਨ ਸਾਹਿਬ ਨੇ, ਚਲੋ ਇੱਕ ਬਜ਼ੁਰਗ ਨੇ, ਪਰ ਇਹ ਠੀਕ ਨਹੀਂ ਹੈ ਜਿਸ ਜਦੋਂ ਕਿ ਇੱਕ ਪਾਸੇ ਅਸੀਂ ਉਹੀ ਗੱਲ ਜਿਹਦੇ ਲਈ ਇਹ ਲੜ ਰਹੇ ਨੇ ਘੱਟੋ ਘੱਟ 30 ਸਾਲ ਤੋਂ, ਮੈਨੂੰ ਇਹਨਾਂ ਦੀਆਂ ਲਿਖਤਾਂ ਪੜ੍ਹਦਿਆਂ ਹੋ ਗਿਆ ਹੋਏਗਾ, 1-2 ਸਾਲ ਬਾਅਦ ਆਰਟੀਕਲ ਵੀ ਹੁੰਦੇ ਸੀ ਕਿ ਭਾਈ ਇਹ ਪਾਣੀਆਂ ਦੀ ਰੋਇਲਟੀ ਮੰਗੋ 1,000 ਕਰੋੜ। ਹੁਣ ਚਲੋ ਘੱਟੋ ਘੱਟ ਪਟੀਸ਼ਨ ਹੋਈ ਹੈ ਹਾਈਕੋਰਟ 'ਚ, ਉਹਦਾ ਵੀ ਨਤੀਜਾ ਆ ਜਾਏਗਾ ਸਾਹਮਣੇ ਜੋ ਜਿਹਾ ਪਹਿਲੀਆਂ ਦਾ ਹੈ। ਹੁਣ ਉਹਦੇ 'ਚ ਕਹਿ ਰਹੇ ਨੇ ਕਿ ਵੀ ਸਪੋਜ਼ ਇੰਡੀਆ ਡਿਸਾਈਡਸ ਓਵਰਨਾਈਟ ਖਾਲਿਸਤਾਨ ਗਰਾਂਟਿਡ ਵਿਦ ਇਮੀਡੀਏਟ ਇਫੈਕਟ, ਕੌਮਿਆਂ 'ਚ ਲਿਖਿਆ ਉਹਨਾਂ ਨੇ ਕਿਹਾ ਜੀ ਰਾਤੋ ਰਾਤ, ਪਤਾ ਨਹੀਂ ਜਾਂ ਤਾਂ ਮੋਦੀ ਨੇ ਹੁਣ ਇਹਨਾਂ ਦੇ ਕੰਨ 'ਚ ਕਹਿ ਨਾ ਦਿੱਤਾ ਹੋਇਆ ਵੀ ਮੈਂ ਲੱਗਾ ਬਣਾਉਣ ਖਾਲਿਸਤਾਨ। ਉਹਨਾਂ ਨੇ ਕਿਹਾ ਜੀ ਉਹ ਰਾਤੋ ਰਾਤ ਇੰਡੀਆ ਇਹ ਡਿਕਲੇਅਰ ਕਰ ਦੇ ਕਿ ਬਈ ਜਿਹੜਾ ਖਾਲਿਸਤਾਨ ਗਰਾਂਟਿਡ ਵਿਦ ਇਮੀਡੀਏਟ ਇਫੈਕਟ ਕਿ ਅਸੀਂ ਦੇ ਦਿੱਤਾ ਤੁਹਾਨੂੰ ਇਮੀਡੀਏਟ ਰਾਈਟ ਅਵੇ, ਅਗਲਾ ਪਲ ਹੀ ਨਹੀਂ ਪੈਣ ਦੇਣਾ। ਉਹ ਇਹ ਕਹਿੰਦੇ ਨੇ ਐਂਡ ਆਲਸੋ ਸਾਈਮਲਟੇਨੀਅਸਲੀ ਟੈਲਸ ਖਾਲਿਸਤਾਨੀਸ ਦੈਟ ਨਾਓ ਓਨਵਰਡਸ, ਹੁਣ ਇਹ ਉਹ ਪੂਰੀ ਨੈਗੇਟਿਵ ਪਿਕਚਰ ਦੇ ਰਹੇ ਨੇ ਕਿ ਇੰਡੀਆ ਫਿਰ ਕੀ ਕਰੇ। ਇਹ ਜਿਵੇਂ ਇਹਨੇ ਕਿ ਬਈ ਇੰਡੀਆ ਕਹਿ ਰਿਹਾ ਕਿ ਜੇ ਤੁਸੀਂ ਖਾਲਿਸਤਾਨ ਮੰਗਿਆ ਅਸੀਂ ਤੁਹਾਨੂੰ ਦਿੱਤਾ ਤਾਂ ਫਿਰ ਅਸੀਂ ਇਹ ਕਰਾਂਗੇ। ਫਿਰ ਉਹਨੂੰ ਕਿਹਾ ਇੰਡੀਆ ਕੀ ਕਰੇਗਾ, ਇੰਡੀਆ ਵਿਲ ਨਾਟ ਹੈਵ ਐਨੀ ਰਿਲੇਸ਼ਨਸ ਵਿਦ ਖਾਲਿਸਤਾਨ। ਕਣਕ ਇਹਨਾਂ ਦੇ ਪਿਓ ਨੇ ਦੇਣੀ ਹੈ ਇਹਨਾਂ ਨੂੰ ਵੀ। ਪਹਿਲਾਂ ਤਾਂ ਜਦੋਂ ਤੁਸੀਂ ਹਿਸਾਬ ਕਿਤਾਬ ਕਰਦੇ ਹੋ, ਫਿਰ ਇਹਨਾਂ ਨੇ ਜਿਹੜਾ ਮਾਡਲ ਬਣਾਇਆ ਉਹ ਸਾਰੀ ਡਿਸਕਸ਼ਨ ਦਾ ਕਿ ਜਦੋਂ ਇੰਡੀਆ ਪਾਕਿਸਤਾਨ ਡਿਵਾਈਡ ਹੋਇਆ, ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਉਹਦੇ 'ਚ 60-40 ਦੀ ਰੇਸ਼ੋ 'ਚ ਕੋਈ ਡਿਵੀਜ਼ਨ ਸੀ ਜਾਂ 70-30 ਸੀ। ਇਹਨਾਂ ਨੇ ਉਸ ਮਾਡਲ 'ਤੇ ਕੀਤਾ ਕਿ ਜੀ ਆਹ ਟ੍ਰਾਂਸਫਰ ਆਫ ਪਾਪੂਲੇਸ਼ਨ, ਅਸੈਟ ਵੰਡੇ ਜਾਣਗੇ, 1% ਸਾਡਾ ਬਣਦੀ ਹੈ ਆਬਾਦੀ, 2-1 'ਤੇ ਆ ਗਏ, ਇੰਨਾ ਕੁ ਸਾਨੂੰ ਇਹ ਮਿਲੇਗਾ, ਦੂਜਾ ਹੋਏਗਾ। ਅਤੇ ਜੇ ਸਰ ਕੁਮੇਦਾਨ ਸਾਹਿਬ ਅਸੀਂ ਇਹਨਾਂ ਤੋਂ ਤੁਸੀਂ 80,000 ਕਰੋੜ ਦੀ ਪਾਣੀ ਦੀ ਰੋਇਲਟੀ ਬਣਾਈ ਹੈ, ਅੱਧਾ ਕੁ ਤਾਂ ਜਿਹੜਾ ਇਹਨਾਂ ਦਾ UPS ਉਸ ਪੈਸੇ ਥੱਲੇ ਹੀ ਲੈ ਲੈਣਾ ਇਹਨਾਂ ਤੋਂ। ਜੇ ਹੁਣ ਤੁਸੀਂ ਇਮੀਡੀਏਟ ਇਫੈਕਟ ਦੀ ਗੱਲ ਕਰਦੇ ਹੋ, ਕਲੇਮ ਦੀ ਗੱਲ ਹੋ ਰਹੀ ਹੈ, ਅਤੇ ਫਿਰ ਜਿਹੜਾ ਸਾਡਾ ਹੱਕ ਹੈ ਜਿਵੇਂ ਇਹਨਾਂ ਨੇ ਸਾਨੂੰ ਲੁੱਟਿਆ ਹੈ,
70 72 ਸਾਲਾਂ ਦਾ ਜਿਹੜੇ ਸਾਡੇ ਅਸਾਸੇ ਜਿਹੜੇ ਨੇ ਇਹ ਲੁੱਟ ਕੇ ਲਗਾਏ ਨੇ। ਦੂਜੇ ਤੁਹਾਨੂੰ ਲੱਗਦਾ ਵੀ ਕੱਲੀ ਪਾਣੀ ਦੀ ਰਾਇਲਟੀ ਦੀ ਗੱਲ ਹੈ, ਉਹਦੀ ਨਹੀਂ, ਪਰ ਚਲੋ ਸਰ ਸਾਹਿਬ ਦੀ ਗੱਲ ਅੱਗੇ ਸੁਣ ਲੈਣੇ। ਉਹ ਕਹਿੰਦੇ ਨੇ ਜੀ ਇੰਡੀਆ ਵਿਲ, ਉਹਨਾਂ ਨੇ ਕਿਹਾ ਜੀ ਉਹ ਕਹਿ ਦੇਣ ਕਿ ਵਿਲ ਨਾਟ ਹੈਵ ਐਨੀ ਰਿਲੇਸ਼ਨਸ ਵਿਦ ਖਾਲਿਸਤਾਨ। ਕਹੋ ਜੀ ਤੁਹਾਡੇ ਮੂੰਹ 'ਚ ਘਿਓ ਸ਼ੱਕਰ, ਵੀ ਅਸੀਂ ਕਦੋਂ ਚਾਹੁੰਦੇ ਹਾਂ ਇਹਨਾਂ ਦੀ ਸ਼ਕਲ ਦੇਖਣਾ? ਜਾਓ ਆਪਣੇ ਜਮਨਾ ਗੰਗਾ ਜਮਨਾ ਪਾਰ ਦੀ ਆਪਣੀ ਤਹਿਜ਼ੀਬ ਦੇ ਵਿੱਚ ਜਾ ਕੇ ਆਪਣਾ ਕੰਮ ਕਰੋ। ਫਿਰ ਇਹ ਕਹਿੰਦੇ ਨੇ ਇੰਡੀਆ ਵਿਲ ਨਾਟ ਬੀ ਈਵਨ ਸਪੀਕਿੰਗ ਟਰਮ ਵਿਦ ਖਾਲਿਸਤਾਨ। ਦੱਸੋ ਵੀ ਸਾਡੀਆਂ ਬਾਹਾਂ ਆਕੜੀਆਂ, ਇਹਨਾਂ ਨਾਲ ਜੱਫੀ ਪਾਉਣ ਨੂੰ ਵੀ ਸਪੀਕਿੰਗ ਟਰਮਸ ਦੇ ਵੀ ਨਹੀਂ ਰਹਿੰਦੇ। ਔਰ ਰਿਲੇਸ਼ਨਸ ਕੱਟ ਆਫ, ਜਿਵੇਂ ਪਾਕਿਸਤਾਨੀ ਕਹਿੰਦੇ ਨੇ ਸੁਬਾਨ ਅੱਲਾ, ਔਰ ਰਿਲੇਸ਼ਨਸ ਕੱਟ ਆਫ, ਖਾਲਿਸਤਾਨ ਬਿਕਮਸ ਏ ਲੈਂਡ ਲੋਕਡ ਕੰਟਰੀ ਲਾਈਕ ਨੇਪਾਲ। ਬਿਲਕੁਲ ਠੀਕ, ਬਹੁਤ ਚੰਗੀ ਗੱਲ ਹੈ। ਦੁਨੀਆ ਦੀਆਂ ਕਿੰਨੀਆਂ ਕੰਟਰੀਜ਼ ਹੋਰ ਲੈਂਡ ਲੋਕਡ ਨਹੀਂ ਨੇ, ਵਿਦ ਓਨਲੀ ਐਕਸੈਸ ਟੂ ਆਊਟਸਾਈਡ ਵਰਲਡ ਥਰੂ ਪਾਕਿਸਤਾਨ। ਕੋਈ ਤਾਂ ਐਸੇ ਨੇ ਜਿਹਨਾਂ ਦੀ ਐਕਸੈਸ ਹੀ ਨਹੀਂ ਹੈ ਸਾਡੇ ਕੋਲ, ਤਾਂ ਸਾਡਾ ਹਮਸਾਇਆ ਮੁਲਕ ਪਾਕਿਸਤਾਨ ਹੈ ਜਿੱਥੇ ਸਾਡੀ ਤਹਿਜ਼ੀਬ ਸਾਡਾ ਹੈਰੀਟੇਜ ਹੀ, ਅਸੀਂ ਗੰਗਾ ਜਮਨਾ ਤਹਿਜ਼ੀਬ ਤੋਂ ਕੀ ਲੈਣਾ? ਸਾਡਾ ਜਿਹੜਾ ਸੰਬੰਧ ਹੈ ਹੈਰੀਟੇਜ, ਜਿਹੜਾ ਪੰਜਾਬ ਕੁਮੇਦਾਨ ਸਾਹਿਬ ਪੰਜ ਦਰਿਆਵਾਂ ਦੀ ਧਰਤੀ, ਗੰਗਾ ਜਮਨਾ ਤਹਿਜ਼ੀਬ ਤਾਂ ਤੁਹਾਡੀ ਨਹੀਂ ਹੈ। ਤੁਸੀਂ ਜੇ ਸੈਕੂਲਰ ਮਾਈਂਡਡ ਵੀ ਹੋ, ਫਿਰ ਜੇ ਤੁਸੀਂ ਕਦੇ ਪ੍ਰੋਫੈਸਰ ਮੋਹਨ ਸਿੰਘ ਦਾ ਹੀ ਪੜ੍ਹ ਲਓ ਕਿ ਮੇਰੇ ਫੁੱਲ ਝਨਾ ਵਿੱਚ ਪਾਣੇ, ਹੈਂਜੀ ਗੰਗਾ ਬਾਹਮਣੀ ਕੀ ਜਾਣੇ, ਕਿ ਵੀ ਇਹ ਬਾਹਮਣੀ ਹੈ ਉਹ ਤਾਂ ਬ੍ਰਹਮਨਿਕਲ ਸਿੰਬਲ ਹੈ ਗੰਗਾ, ਅਤੇ ਝਨਾ ਪਿਆਰਿਆਂ ਦੀ ਇਸ਼ਕ ਰਤਿਆਂ ਦੀ ਦੇ ਦਰਿਆ ਹੈ ਸਾਡੇ ਤਾਂ ਤਹਿਜ਼ੀਬ ਹੀ। ਇਹ ਤਾਂ ਚੰਗੀ ਗੱਲ ਹੈ ਵੀ ਇੱਧਰ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਲੌਂਗੋਵਾਲ ਨੇ ਜਦੋਂ ਏਸ਼ੀਆਡ 82 ਹੋਇਆ ਔਰ ਅਕਾਲੀ ਦਲ ਧਰਮਯੁੱਧ ਮੋਰਚਾ ਚੱਲ ਰਿਹਾ ਸੀ, ਅਕਾਲੀਆਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਉਹ ਉਹਨੂੰ ਕਰਾਂਗੇ ਪ੍ਰੋਟੈਸਟ ਕਰਾਂਗੇ, ਇਹਨਾਂ ਨੇ ਭਜਨੇ ਨੂੰ ਭਜਨ ਲਾਲ ਨੂੰ ਕਹਿ ਕੇ ਸ਼ੰਭੂ ਤੋਂ ਲੈ ਕੇ ਹਰਿਆਣਾ ਸਾਰਾ ਬਲੋਕ ਕਰਤਾ। ਔਰ ਉਦੋਂ ਇਹ ਖੁਦ ਮੈਂ ਮੰਜੀ ਸਾਹਿਬ ਦੇ ਦੀਵਾਨ ਹਾਲ 'ਚ ਲੌਂਗੋਵਾਲ ਦੇ ਪਿੰਡਰਾਂਵਾਲੇ ਦੇ, ਪਿੰਡਰਾਂਵਾਲੇ ਦਾ ਤਾਂ ਆਪਣਾ ਇੱਕ ਸਟਾਈਲ ਸੀ, ਲੌਂਗੋਵਾਲ ਨੇ ਕਿਹਾ ਜੀ ਜੇ ਤੁਸੀਂ ਸਾਡਾ ਇਹ ਦਿੱਲੀ ਦਾ ਦਰਵਾਜ਼ਾ ਬੰਦ ਕਰਨਾ ਜਾਂ ਕਰ ਦਿੱਤਾ ਜਿਹੜਾ, ਤਾਂ ਫਿਰ ਸਾਡੇ ਲਈ ਤਾਂ ਲਾਹੌਰ ਦਾ ਦਰਵਾਜ਼ਾ ਖੋਲੋ ਆਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੋਣਾ। ਔਰ ਇਹਦਾ ਬਹੁਤ ਜਿਹੜੇ ਅਦਰਵਾਈਜ਼ ਲੌਂਗੋਵਾਲ ਨੂੰ ਮੋਡਰੇਟ ਜੇ ਉਹਦਾ ਇੰਨਾ ਕੁ ਰੌਲਾ ਉਹਨਾਂ ਨੇ ਪਾਇਆ, ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਅਲਟੀਮੇਟਲੀ ਤਾਂ ਵੈਸੇ ਵੀ ਜੇ ਅਸੀਂ ਗੱਲ ਇੰਡਸ ਤੋਂ ਕਰੀਏ, ਦਰਿਆਏ ਸਿੰਧ ਤੋਂ ਲੈ ਕੇ ਜਿੱਥੋਂ ਜੇਲਮ ਸ਼ੁਰੂ ਹੁੰਦੀ ਹੈ ਔਰ ਜਮਨਾ ਤੱਕ, ਤਹਿਜ਼ੀਬ ਹੀ ਸਾਡੀ ਹੈ ਔਰ ਸਾਡਾ, ਸਾਨੂੰ ਰਲ ਲੈਣ ਦਿਓ, ਅਸੀਂ ਜਿਹੜੇ ਸਾਡਾ ਦਰਵਾਜ਼ਾ ਇੱਕੋ ਹੀ ਹੋਏ, ਪਾਕਿਸਤਾਨ ਹੀ ਸਾਡਾ ਹਮਸਾਇਆ ਸੀ ਤੱਕ ਵੀ ਐਕਸੈਸ, ਮਾਰਕੀਟ ਵੀ ਸਾਡੇ ਇਤਿਹਾਸ, ਇਸ ਤੋਂ ਵਧੀਆ ਹੋਰ ਕੀ ਹੋ ਸਕਦਾ? ਕੁਮੇਦਾਨ ਸਾਹਿਬ ਤੁਸੀਂ ਕਹਿੰਦੇ ਹੋ ਜੀ ਓਨਲੀ ਹਿੰਦੁਸਤਾਨੀ ਰੁੱਸ ਜਾਣਗੇ ਜਾਂ ਰੁੱਸ ਨਹੀਂ ਜਾਂ ਉਹ ਭੁੱਖੇ ਮਰਨਗੇ, ਉੱਥੇ ਸਿੱਖਾਂ ਨੇ ਲੰਗਰ ਲਾਏ ਹੋਣੇ ਨੇ ਜਾ ਕੇ, ਫਿਰ ਵੀ ਸਾਡਿਆਂ ਨੇ ਕਹਿਣਾ ਵੀ ਚਲੋ ਇਹਨਾਂ ਨੇ ਜ਼ੁਲਮ ਬੜੇ ਕੀਤੇ ਪਰ ਮਰ ਰਹੇ ਨੇ ਬਈਏ ਭੁੱਖੇ, ਇਹਨਾਂ ਨੂੰ ਕੋਈ ਨਹੀਂ, ਇਹਨਾਂ ਨੂੰ ਲੰਗਰ ਲਾ ਦੇਈਏ। ਇੰਡੀਆ ਕੱਟਸ ਆਫ ਆਲ ਕਮਿਊਨੀਕੇਸ਼ਨ ਇੰਕਲੂਡਿੰਗ ਰੋਡ, ਰੇਲ, ਟੈਲੀਫੋਨ, ਈਵਨ ਏਅਰ ਸਪੇਸ, ਬਾਰਡਰ ਸੀਲਡ, ਵੀਜ਼ਾ ਸਿਸਟਮ ਇੰਟਰੋਡਿਊਸ। ਫਿਰ ਕੀ ਹੋ ਗਿਆ, ਸਾਰੇ ਮੁਲਕਾਂ 'ਚ ਵੀਜ਼ਾ ਹੁਣ, ਮੁਸਲਮਾਨਾਂ ਦੇ ਦੁਨੀਆ 'ਚ 56 ਕਿ 57 ਦੇਸ਼ ਨੇ, ਮੱਕਾ ਮਦੀਨਾ ਸਾਊਦੀ ਅਰੇਬੀਆ 'ਚ ਹੈ, ਸਾਰੇ 56 ਦੇਸ਼ਾਂ ਦੇ ਲੋਕ 57 ਦੇਸ਼ ਸਾਊਦੀ ਅਰੇਬੀਆ 'ਚ ਮੱਕਾ ਮਦੀਨਾ ਜਾਣ ਦੇ ਲਈ ਵੀਜ਼ੇ ਲੈਂਦੇ ਨੇ। ਸੋ ਵਟ ਏ ਬਿਗ ਡੀਲ, ਵੀਜ਼ਾ ਕੱਟ ਆਫ, ਰੇਲ, ਦੂਜੇ ਜੇ ਕੱਟ ਆਫ, ਤੁਸੀਂ ਆਪ ਹੀ ਕਹਿ ਤਾ ਲਾਹੌਰ ਖੁੱਲ੍ਹ ਗਿਆ, ਪਾਕਿਸਤਾਨ ਨਾਲ ਸਾਡੇ ਸੰਬੰਧ ਨੇ। ਸੋ ਇੱਡਾ ਕਿਹੜਾ ਹਿਰਖ ਕਰਨ ਦੀ ਲੋੜ ਹੈ ਕਿ ਵੀ ਅਸੀਂ ਇਹ ਜਿਹੜਾ ਗੰਗਾ ਜਮਨਾ ਦੀ ਜਿਹੜੀ ਤਹਿਜ਼ੀਬ ਵਾਲਿਆਂ ਨੂੰ ਮਿਸ ਕਰਾਂਗੇ। ਲਾਈਕਲੀ ਡਿਫੀਕਲਟੀਜ਼ ਐਂਡ ਪ੍ਰੋਬਲਮਸ, ਫਿਰ ਉਹਨਾਂ ਦਾ ਲੰਬਾ ਚੌੜਾ ਚਿੱਠਾ ਜਿਹਨੂੰ ਮੈਂ ਆਉਣ ਵਾਲੇ ਦਿਨਾਂ 'ਚ ਵੀ ਕੰਟੀਨਿਊ ਕਰਨਾ ਚਾਹੁੰਦਾ, ਪਰ ਜਿਹੜੀ ਉਹਨਾਂ ਨੇ ਬਿਗਨਿੰਗ ਕੀਤੀ, ਜਿਹੜੀ ਕਿ ਬੜੀ ਮੈਂ ਸਮਝਦਾ ਕਿ ਵੀ ਦਲੀਲ ਦੀ ਪੱਧਰ 'ਤੇ ਵੀ ਗੱਲ ਕਰਨ ਵਾਲੀ ਨਹੀਂ ਬਣਦੀ ਹੈ, ਉਹ ਕਹਿੰਦੇ ਨੇ ਲਾਈਕਲੀ ਡਿਫੀਕਲਟੀਜ਼ ਐਂਡ ਪ੍ਰੋਬਲਮਸ ਕੀ ਹੋਣਗੀਆਂ। ਦ ਵੈਰੀ ਫਸਟ ਥਿੰਗ ਦ ਟੂ ਗੌਰਮੈਂਟਸ ਆਫ ਇੰਡੀਆ ਐਂਡ ਖਾਲਿਸਤਾਨ ਵਿਲ ਹੈਵ ਟੂ ਡਿਸਾਈਡ ਵਿਲ ਬੀ ਟੈਰੀਟੋਰੀਅਲ ਡਿਵੀਜ਼ਨ, ਕਿ ਇਲਾਕਾ ਕੀ ਹੋਏ। ਹਿੰਦੂ ਮੈਜੋਰਟੀ ਡਿਸਟ੍ਰਿਕਟਸ ਐਂਡ ਤਹਿਸੀਲਸ ਗੋ ਟੂ ਇੰਡੀਆ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਪਠਾਨਕੋਟ, ਫਾਜ਼ਿਲਕਾ ਡਿਸਟ੍ਰਿਕਟ ਐਂਡ ਆਨੰਦਪੁਰ ਐਂਡ ਨੰਗਲ ਤਹਿਸੀਲਸ ਗੋ ਟੂ ਇੰਡੀਆ, ਰੈਸਟ ਆਫ ਪੰਜਾਬ ਗੋਜ਼ ਟੂ ਖਾਲਿਸਤਾਨ, ਕੈਨਾਲ ਹੈਡਵਰਕਸ ਐਂਡ ਹਾਈਡਲ ਪਾਵਰ ਪ੍ਰੋਜੈਕਟ ਸਿਚੁਏਟਡ ਇਨ ਦੀਜ਼ ਟੈਰੀਟਰੀਜ਼ ਗੋ ਟੂ ਇੰਡੀਆ, ਰੋਪੜ ਐਂਡ ਹਰੀਕੇ ਹੈਡਵਰਕਸ ਰਿਮੇਨ ਇਨ ਖਾਲਿਸਤਾਨ, ਨੋ ਹਾਈਡਲ ਪਾਵਰ ਹਾਊਸ ਰਿਮੇਨਸ ਇਨ ਖਾਲਿਸਤਾਨ। ਹੁਣ ਮਤਲਬ ਮੈਨੂੰ ਇਸ 'ਤੇ ਇਸ ਲਈ ਹੈਰਾਨੀ ਹੋਈ ਕਿ ਜਿਹੜੇ ਸਰਦਾਰ ਸਾਹਿਬ 80,000 ਕਰੋੜ ਦੀ ਰਾਇਲਟੀ ਦਾ ਕੇਸ ਬਿਲਟ ਕਰਦੇ ਨੇ ਔਰ ਕੋਰਟ ਤੱਕ ਵੀ
ਬਾਕੀਆਂ ਦੇ ਨਾਲ ਜਿਹੜਾ ਰਾਈਟਲੀ ਬਣਦਾ ਹੈ ਜੀ ਜਦੋਂ ਇਹਨਾਂ ਨੇ ਕੇਸ ਬਿਲਟ ਕੀਤਾ ਔਰ ਜਿਹੜੀ ਗੱਲ ਕੈਪਟਨ ਅਮਰਿੰਦਰ ਨੇ ਜਦੋਂ ਪਾਣੀਆਂ ਦੀ ਰਾਇਲਟੀ ਦੀ ਮੰਗ ਹੋਈ ਉਹਨੇ ਕਿਹਾ ਜੀ ਸਤਲੁਜ ਬਿਆਸ ਰਾਵੀ ਤਾਂ ਜਿਹੜੇ ਨੇ ਉਹ ਆਉਂਦੇ ਹੀ ਹਿਮਾਚਲ 'ਚੋਂ ਨੇ ਪੰਜਾਬ 'ਚੋਂ ਥੋੜ੍ਹੀ ਆਉਂਦੇ ਨੇ ਕਿਹੜੀ ਰਾਇਲਟੀ ਜੀ ਅਤੇ ਜੇ ਸਰਦਾਰ ਸਾਹਿਬ ਤੁਹਾਡੇ ਕਹਿਣ ਮੁਤਾਬਕ ਪਹਿਲੀ ਗੱਲ ਤਾਂ ਤੁਸੀਂ ਟੈਰੀਟੋਰੀਅਲ ਦੀ ਗੱਲ ਕਰਦੇ ਹੋ ਪੰਜਾਬੀ ਸੂਬਾ ਬਣਾਉਣ ਲੱਗੇ ਵੀ ਉਹਨਾਂ ਨੇ ਅਕਾਲੀਆਂ ਦੀ ਮੰਗ ਇਹ ਸੀ ਸ਼ਾਹ ਕਮਿਸ਼ਨ ਦੇ ਸਾਹਮਣੇ ਕਿ ਪਿੰਡ ਨੂੰ ਦੋ ਪ੍ਰਿੰਸੀਪਲ ਵਿਲੇਜ ਐਜ਼ ਏ ਯੂਨਿਟ ਐਂਡ ਕੰਟੀਨਿਊਟੀ ਐਂਡ ਕੋਂਗਰੂਇਟੀ ਕਿ ਵੀ ਪਿੰਡ ਜੇ ਨਾਲ ਨਾਲ ਲੱਗਦੇ ਨੇ ਨੋ ਮੈਟਰ ਕਿਹੜੇ ਤਹਿਸੀਲ ਜਾਂ ਜ਼ਿਲ੍ਹਾ ਉਹ ਪੰਜਾਬ ਨੂੰ ਦਿੱਤਾ ਜਾਏ ਉਹਨਾਂ ਨੇ ਉਹਨੂੰ ਕ੍ਰਾਈਟੇਰੀਆ ਨਹੀਂ ਮੰਨਿਆ ਪਿੰਡ ਨੂੰ ਐਜ਼ ਏ ਟੈਰੀਟਰੀ ਕੋਂਗਰੂਇਟੀ ਨਾਲ ਜੋੜ ਦਿੱਤੀ ਕਿ ਵੀ ਇਹ ਠੀਕ ਹੈ ਜੇ ਨਾਲ ਲੱਗਦਾ ਹੋਏ ਇਸ ਲਈ ਅਬੋਹਰ ਫਾਜ਼ਿਲਕਾ ਇਸ ਲਈ ਉਹ ਮੰਗਦੇ ਸੀ ਹਰਿਆਣੇ ਨੂੰ ਦੇਣਾ ਚਾਹੁੰਦੇ ਸੀ ਹਰਿਆਣੇ ਨੂੰ ਤਾਂ ਕਿ ਸਾਡਾ ਗੰਗਾਨਗਰ 'ਤੇ ਕਲੇਮ ਖਤਮ ਹੋ ਜਾਏ ਜੀ ਹੁਣ ਜੇ ਪੰਜਾਬੀ ਸੂਬਾ ਬਣਾਉਣ ਦੇ ਲਈ ਤੁਹਾਡੀ ਸਰਕਾਰ ਨੇ ਤਹਿਸੀਲ ਨੂੰ ਕ੍ਰਾਈਟੇਰੀਆ ਬਣਾ ਕੇ ਜਿਹੜਾ ਹਾਲਾਂ ਉਹ ਇਨ ਬਿਟਵੀਨ ਯੂਨਿਟ ਸੀ ਅਤੇ ਤੁਸੀਂ ਕਿਵੇਂ ਸੋਚ ਲਿਆ ਕਿ ਜਿਹੜੀ 50,300 ਸਕੁਅਰ ਕਿਲੋਮੀਟਰ ਦੀ ਟੈਰੀਟਰੀ ਹੈ ਪੰਜਾਬ ਉਹਦੇ ਵਿੱਚੋਂ ਜਲੰਧਰ ਅਤੇ ਹੁਸ਼ਿਆਰਪੁਰ ਅਤੇ ਫਰਾਣਾ ਅਤੇ ਢਿਮਕਾ ਜਿਹੜਾ ਉਹ ਉਹਦੇ 'ਤੇ ਉਹਨਾਂ ਦਾ ਕਲੇਮ ਬਣਦਾ ਔਰ ਪਹਿਲਾਂ ਇਹਨਾਂ ਨੂੰ ਇਹ ਪੁੱਛ ਲਿਆ ਜਾਏ ਵੀ ਪੰਜਾਬ ਦੀ ਪਾਪੂਲੇਸ਼ਨ ਦੇ ਵਿੱਚ ਜੇ ਈਵਨ ਲੇਟੈਸਟ ਸੈਂਸਸ ਅਜੇ ਫਿਗਰ ਰਿਲੀਜਨ ਬੇਸਡ ਲੇਕਿਨ ਕਲੋਜ਼ ਟੂ 60-64% ਜਿਹੜੀ ਹੈ ਉਹ ਸਿੱਖਾਂ ਦੀ ਆਬਾਦੀ ਬਣਦੀ ਹੈ 64-65 ਬਣਦੀ ਔਰ ਜਿਹਨਾਂ ਨੂੰ ਇਹ ਹਿੰਦੂ ਪੰਜਾਬ ਦੇ ਵਿੱਚ ਹਿੰਦੂ ਪਾਪੂਲੇਸ਼ਨ ਈਵਨ ਔਲ ਇੰਡੀਆ ਅਕਾਊਂਟ 'ਚ ਵੀ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ 52% ਅਦਰ ਬੈਕਵਰਡ ਕਲਾਸਿਸ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਜਿਹੜੇ ਬਹੁਜਨ ਨੇ ਉਹ 85% ਬਣਦੇ ਨੇ ਹਾਈ ਕਾਸਟ ਜਿਹੜੇ ਨੇ ਉਹ 15% ਇੰਡੀਆ 'ਚ ਬਣਦੇ ਨੇ ਪੰਜਾਬ 'ਚ ਇਹ 12-13% ਤੋਂ ਜ਼ਿਆਦਾ ਇਹਨਾਂ ਦੀ ਪਾਪੂਲੇਸ਼ਨ ਨਹੀਂ ਬਣਦੀ ਇਹ ਤਾਂ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਵੀ ਉਹਨਾਂ ਦੇ ਹਵਾਲੇ ਕਰ ਰਹੇ ਨੇ ਔਰ ਪੰਜਾਬ ਦੀਆਂ 117 ਸੀਟਾਂ 'ਚੋਂ 19 ਦੇ ਕਰੀਬ 18-19 ਹਿੰਦੂ ਮੈਜੋਰਿਟੀ ਨੇ ਹੁਣ ਇਹ ਈਵਨ ਉਹਦੇ ਜਦੋਂ ਤੁਸੀਂ ਕਿਸੇ ਨੂੰ ਨੈਗੇਟ ਕਰਨਾ ਹੁੰਦਾ ਨਾ ਉਹ ਔਰ ਮੈਨੂੰ ਇਹ ਗੱਲ ਤੋਂ ਇੱਕ ਯਾਦ ਆਇਆ ਕਿ ਸਰ ਕਪੂਰ ਸਿੰਘ ਨੇ ਸਾਚੀ ਸਾਖੀ 'ਚ ਲਿਖਿਆ ਕਿ ਵੀ ਜਦੋਂ ਉਹਨਾਂ ਨੇ ਜੋ ਅੰਗਰੇਜ਼ ਕਹਿੰਦੇ ਸੀ ਕਿ ਭਾਈ ਸਿੱਖ ਸਟੇਟ ਬਣਾ ਦਿੰਦੇ ਹਾਂ ਸਮੁੰਦਰ ਤੱਕ ਐਕਸੈਸ ਦਿਆਂਗੇ 20 ਸਾਲ ਅੰਗਰੇਜ਼ ਜਿਹੜੇ ਨੇ ਸਿੱਖ ਫੌਜਾਂ ਸਿੰਗਾਪੁਰ ਹਾਂਗਕਾਂਗ 'ਚ ਵੀ ਰਹਿਣ ਸਰਵ ਕਰਨ ਔਰ ਅਸੀਂ ਉਹਨਾਂ ਨੂੰ ਰੈਸਟੇਂਡ ਕਰਾਂਗੇ ਤਾਂ ਗਿਆਨੀ ਕਰਤਾਰ ਸਿੰਘ ਪ੍ਰੈਜ਼ੀਡੈਂਟ ਸੀ ਅਕਾਲੀ ਦਲ ਦਾ 47 ਦੀ ਗੱਲ ਹੈ ਅਤੇ ਉਹ ਸਾਚੀ ਸਾਖੀ ਸਰ ਸਾਹਿਬ ਨੇ ਲਿਖਿਆ ਅਤੇ ਉਹਨਾਂ ਨੇ ਕਿਹਾ ਕਿ ਜੀ ਵੀ ਮੈਂ ਉਹਨਾਂ ਨੂੰ ਜਦੋਂ ਕਿਹਾ ਉਹਨਾਂ ਨੇ ਕਿਹਾ ਅੱਛਾ ਅਤੇ ਫਿਰ ਆਪਾਂ ਸਮੁੰਦਰ ਤੱਕ ਕਿਵੇਂ ਪਹੁੰਚਾਂਗੇ ਉਹਨਾਂ ਨੇ ਕਿਹਾ ਜੀ ਅੰਗਰੇਜ਼ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਸਮੁੰਦਰ ਤੱਕ ਐਕਸੈਸ ਹੋਏ ਫਿਰ ਕਹਿੰਦੇ ਅੱਛਾ ਫਿਰ ਅਸੀਂ ਆਪਣੇ ਜਹਾਜ਼ ਕਿੱਥੋਂ ਲਵਾਂਗੇ ਉਹਨਾਂ ਨੇ ਕਿਹਾ ਜੀ ਜਿੱਥੋਂ ਇੰਡੀਆ ਅਤੇ ਪਾਕਿਸਤਾਨ ਜਹਾਜ਼ ਖਰੀਦਣਗੇ ਜਿਹੜੇ ਨਵੇਂ ਅਸੀਂ ਵੀ ਲੈ ਲਾਂਗੇ ਉਹਨਾਂ ਨੇ ਕਿਹਾ ਅੱਛਾ ਫਿਰ ਜਹਾਜ਼ਾਂ ਲਈ ਪੈਸੇ ਕਿੱਥੋਂ ਆਉਣਗੇ ਇੱਕ ਗਿਆਨੀ ਕਰਤਾਰ ਸਿੰਘ ਪੁੱਛ ਰਹੇ ਸਰ ਕਪੂਰ ਸਿੰਘ ਉਹਨਾਂ ਨੇ ਕੋਟ ਕੀਤਾ ਉਹਨਾਂ ਨੇ ਕਿਹਾ ਵੀ ਜੇ ਕਿਸੇ ਦੀ ਤਨਖਾਹ ਇਸ ਗੱਲ 'ਤੇ ਡਿਪੈਂਡ ਕਰਦੀ ਹੋਏ ਕਿ ਉਸ ਗੱਲ ਨੂੰ ਨਹੀਂ ਸਮਝਣਾ ਤਾਂ ਫਿਰ ਉਹਨੂੰ ਸਮਝਾਇਆ ਔਰ ਉਹ ਕਹਿੰਦੇ ਜਦੋਂ ਮੈਂ ਉਹਨਾਂ ਨੂੰ ਇਹ ਕਿਹਾ ਜੀ ਜਿੱਥੋਂ ਇੰਡੀਆ ਪਾਕਿਸਤਾਨ ਲੈਣਗੇ ਜਹਾਜ਼ ਅਸੀਂ ਵੀ ਉੱਥੋਂ ਲੈ ਲਾਂਗੇ ਪੈਸੇ ਕਿੱਥੋਂ ਆਉਣ ਕਹਿੰਦੇ ਫਿਰ ਉਹਨਾਂ ਨੇ ਕਿਹਾ ਜੀ ਮੇਰੇ ਨਾਲ ਸਿੱਧੀ ਗੱਲ ਕਿਉਂ ਨਹੀਂ ਕਰਦੇ ਹੋ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਅਲਟੀਮੇਟਲੀ ਕਹਾਣੀ ਕਿਉਂਕਿ ਗਿਆਨੀ ਕਰਤਾਰ ਸਿੰਘ ਬਲਦੇਵ ਸਿੰਘ ਦੀ ਜੇਬ 'ਚ ਸੀ ਬਲਦੇਵ ਸਿੰਘ ਨਹਿਰੂ ਦੀ ਜੇਬ 'ਚ ਸੀ ਅਤੇ ਨਹਿਰੂ ਨੇ ਸਿੱਖਾਂ ਦਾ ਕੁਛ ਬਣਨ ਨਹੀਂ ਸੀ ਦੇਣਾ ਸੋ ਮੈਂ ਸਮਝਦਾ ਹਾਂ ਵੀ ਅੱਜ ਜਦੋਂ ਕਿ ਕੌਮ ਦੇ ਵਿੱਚ ਇੱਕ ਅਵੇਅਰਨੈਸ ਹੈ ਕਿ ਭਾਈ ਅਸੀਂ ਆਪਣੇ ਹੱਕ ਲੈਣੇ ਨੇ ਇਹਨਾਂ ਨੇ ਇੱਕ ਸਾਈਡ ਤਾਂ ਦਿੱਤੀ ਕਿ ਜੀ ਔਰ ਉਹ ਲੰਬੀ ਲਿਸਟ ਹੈ ਡਿਫੀਕਲਟੀਜ਼ ਦੀ ਵੀ ਇਹ ਕਿਵੇਂ ਹੋਏਗਾ ਇਹ ਕਿਵੇਂ ਹੋਏਗਾ ਇਹ ਕਿਵੇਂ ਹੋਏਗਾ ਪਰ ਜੇ ਸ਼ੁਰੂ ਇੱਥੋਂ ਕਰਦੇ ਕਿ ਜੇ ਅਸੀਂ ਇਸੇ ਕੈਦ ਦੇ ਵਿੱਚ ਰਹੇ ਅੱਜ ਸਾਡੇ ਦੋ ਕਿਸਾਨ ਔਰ ਆਲਮੋਸਟ ਦੋ ਮੁੰਡੇ ਰੋਜ਼ ਮੁੰਡੇ ਡਰੱਗਸ ਨਾਲ ਮਰ ਰਹੇ ਨੇ ਕਿਸਾਨ ਆਤਮਘਾਤ ਨਾਲ ਮਰ ਰਹੇ ਨੇ ਪਾਣੀਆਂ ਦੇ ਮਾਹਿਰ ਨੇ ਇਹ ਆਪ ਹੀ ਦੱਸਦੇ ਨੇ ਪਾਣੀ ਕਿੰਨਾ ਡੂੰਘਾ ਚਲਾ ਗਿਆ ਪਾਣੀ ਮੁੱਕ ਗਿਆ ਜ਼ਮੀਨ ਬੰਜਰ ਹੋ ਗਈ ਹੈ ਪਹਿਲਾਂ ਤਾਂ ਇਹ ਕੇਸ ਬਿਲਟ ਕਰਦੇ ਕਿ ਜੇ ਅਸੀਂ ਪੰਜਾਬ ਭਾਰਤ ਦੇ ਵਿੱਚ ਹੀ ਰਹਿੰਦੇ ਕਿ ਕਿੰਨੇ ਸਾਲਾਂ 'ਚ ਪੰਜਾਬ ਨੇ ਡੈਜ਼ਰਟ ਬਣਨੇ ਸਾਡੀ ਨਸਲ ਇੱਕ ਮਾਰ ਦਿੱਤੀ ਇੱਕ ਡਰੱਗਸ ਦੇ ਹਵਾਲੇ ਕਰ ਦਿੱਤੀ ਕਦੋਂ ਹੋਣਾ ਜਦੋਂ ਮੁਕੰਮਲ ਨਸਲ ਕੁਸ਼ੀ ਹੋ ਜਾਣੀ ਹੈ ਬਿਲਕੁਲ ਹੀ ਅੱਗੋਂ ਪੈਦਾਇਸ਼ ਕਰਨ ਦੀ ਸਮਰੱਥਾ ਵੀ ਨਹੀਂ ਹੋਣੀ ਅਤੇ ਖਵਾਉਣ ਲਈ ਵੀ ਕਿਸੇ ਕੋਲ ਕੁਛ ਨਹੀਂ ਹੋਣਾ ਜੇ ਉਸ ਸਿਨੇਰੀਓ ਨੂੰ ਪਹਿਲਾਂ ਸਰ ਸਾਹਿਬ ਡਿਸਕਸ ਕਰ ਲੈਂਦੇ ਅਤੇ ਫਿਰ ਅਸੀਂ ਇਹਨਾਂ ਬਾਕੀਆਂ ਨੂੰ ਵੀ ਡਿਸਕਸ ਕਰਾਂਗੇ ਕਿ ਵੀ ਕੀ ਹੈ ਲੇਕਿਨ ਮੈਂ ਸਮਝਦਾ ਵੀ ਇਹਦੇ ਨਾਲ ਇਹ ਕਹਿ ਕੇ ਕਿ ਜੀ ਇਹ ਇਲਾਕੇ ਜਿਹੜੇ ਨੇ ਉਹ ਬਾਹਰ ਨਿਕਲ ਜਾਣਗੇ
फिर उन्होंने डिवाइड किया जी आ हाइडल प्रोजेक्ट पंजाब च आएगा, ये जड़ा है वह हरीके और दूजा ये साढ़े आ उधर जाएगा, तो फिर इस सारे बेस से तो तुहाडा क्लेम भी खत्म हो जाता है। जे तुसी अजोके पंजाब नू भी जड़ा है वो आधार मनण नू तैयार नहीं भविख की किसी गल का, तो फिर तुहाडा क्लेम सतलुज ब्यास रावियां दे जड़े हिमाचल चो निकल के आउंदे ने तुहाडा रॉयल्टी का किवें क्लेम बनता है, तो बाकी इशू मैं घड़ीवाल देख रहा तो यह जड़ा इन्हों का दिलचस्प है। मैं विद रिस्पैक्ट मैं दुख होया वैसे उन्हों का देख के, क्योंकि वह अपने फील्ड ही रेंदे तो बेहतर सी, उस टैरीटरी च आए ने जिस टैरीटरी शायद उन्होंने जोड़े आर्गूमेंट ने वो जड़े ने पैसिफिस्ट विचारधारा चो निकले ने ना पक्षी चो, कि जो तुम किसी नकारना है तो फिर तुम सारा कुछ उन्होंने कहते हो तेरे ये भी नहीं तेरे वह भी नहीं तेरे पल्ले भी नहीं कुछ वह भी नहीं तेरी जेब च भी कुछ नहीं तेन मासी ने भी नहीं देना चाचे ने भी नहीं देना कितों आएगा ये करके तू मेरा नौकर बनया रहा तू मेरी नौकरी करता जा, पर यह आर्गूमेंट सानू परवाह नहीं है। लेकिन फिर भी मैं समझदा हां भी ये एक डिबेट दिलचस्प डिबेट है, जिवें उन्होंने जिहड़े शोबे रेकनाइज आइडेंटिफाई किए ने एक दे असी होर डिस्कशन करांगे। जी डॉक्टर साहब इतने लेने ब्रेक ब्रेक तो पहला असी दर्शकों के स्रोतों ने फिर दोबारा अपील से बेनती कर दी है व्यूअर्स, जिस तरह कि तुम जानते हो कि TV84 मनुखी हकों का पहरेदार है, TV84 सिखा कश्मीरियां भारतीयों नॉर्थ ईस्ट स्टेटा के लोगों के स्वैरने के हकों का हामी है। असं चाहवे कि तुम TV84 की वो माइक सहायता करो, तुम अपनी माइक सहायता साड़ी वैबसाइट TV84.tv से जाके पेपल की वरतों करके वन टाइम डोनेट कर सकते हो, मंथली डोनेट भी कर सकते हो। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਇਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।